ਪੰਜਾਬ ਵਾਚ ਦਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਤੇ ਵੱਲ 24 ਅਗਸਤ ਨੂੰ ਪੰਜਾਬ ਆਉਣਗੇ ਪੀਐਮ ਮੋਦੀ ਜੀ ਹਾਂ ਦੋਸਤੋ 24 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਤੇ ਇਸ ਦੇ ਦੌਰਾਨ ਹੋਮੀਪਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ ਮੁਲਾਪੋਰਾ ਵਿਖੇ ਹਸਪਤਾਲ ਅਤੇ ਖੋਜ ਕੇਂਦਰ ਬਣਿਆ ਹੈ ਤੇ ਕੈਂਸਰ ਦੇ ਕਿਫਾਇਤੀ ਇਲਾਜ ਦੇ ਲਈ ਮੀਲ ਪੱਥਰ ਸਾਬਤ ਹੋ ਗਿਆ ਤੇ ਕੇਂਦਰ ਗਵਾਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਦੇ ਲਈ ਵੀ ਵਰਦਾਨ ਸਾਬਤ ਹੋਵੇਗਾ ਤੇ ਸਰਕਾਰ ਦਾ ਦਾਵਾ ਹੈ ਕਿ ਇਹ ਕੇਂਦਰ ਕੈਂਸਰ ਦੇ ਕਿਫਾਇਤੀ ਇਲਾਜ ਦੇ ਲਈ ਮੀਲ ਪੱਥਰ ਸਾਬਤ ਹੋਵੇਗਾ ਤੇ ਇਹ ਗਵਾਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਲਈ ਵਰਦਾਨ ਸਾਬਤ ਹੋਵੇਗਾ ਤੇ ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦਾ ਦੌਰਾ ਕਰਨਗੇ ਤੇ ਉਹ ਮਹਾਲੀ ਦੇ ਮੁਲਾਪੁਰ ਦੇ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਨਗੇ ਤੇ ਇਹ ਹਸਪਤਾਲ ਹੋਮੀ ਭਾਵਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੇ ਨਾਂ ਦੇ ਬਣਾਇਆ ਗਿਆ ਹੈ ਤੇ ਜਿਹਦੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਸਸਤਾ ਇਲਾਜ ਮਿਲੇਗਾ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨਾ ਕੋ ਜੋ ਦੋਸਤ ਹੀ ਬਣੇ ਮੇਰੇ ਪੁੱਤ ਦੇ ਦੁਸ਼ਮਣਾਂ ਵਕਤ ਆਉਣ ਤੇ ਦੱਸਾਂਗਾ ਨਾ ਤਾ ਦੋਸਤੋ ਮਰਹੂਮਾ ਗਾਇਕਾ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਹਿ ਕੇ ਮੈਂ ਜਲਦ ਹੀ ਆਪਣੇ ਬੇਟੇ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਨਾਂ ਦੱਸਾਂਗਾ ਤੇ ਉਹਨਾਂ ਨੇ ਕਹਿ ਕੇ ਮੈਂ ਸਾਰੇ ਰਾਜ ਖੋਲਾਂਗਾ ਮੈਨੂੰ ਕੁਝ ਸਮਾਂ ਦਿਓ ਤੇ ਬਲਕੌਰ ਸਿੰਘ ਨੇ ਕਹਿ ਕੇ ਕੁਝ ਆਕਾਲੀਆਂ ਪੇਡਾ ਮੇਰੇ ਪੁੱਤ ਦੇ ਕੈਰੀਅਰ ਦੀਆਂ ਦੁਸ਼ਮਣ ਬਣ ਗਈਆਂ ਸ਼ੁਰੂਆਤ ਦੇ ਵਿੱਚ ਉਹਦਾ ਜਿੰਨਾ ਲੋਕਾਂ ਦੇ ਨਾਲ ਬਾਹ ਪਿਆ ਗਿਆ ਤੇ ਉਹ ਖਰੇ ਬੰਦੇ ਨਹੀਂ ਸਿੱਤੇ ਸਿੱਧੂ ਨੂੰ ਨਹੀਂ ਪਤਾ ਸੀ ਕਿ ਅੱਜ ਜੋ ਉਹਦੇ ਭਰਾ ਬਣੇ ਤੇ ਕੱਲ ਉਹ ਦੋਸ਼ਮਣ ਵੀ ਬਣ ਜਾਣਗੇ ਤੇ ਵਕਤ ਆਉਣ ਤੇ ਇਹਨਾਂ ਗਿਰਜ਼ਾਂ ਦੇ ਨਾਂ ਵੀ ਦੱਸਾਂਗਾ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਕੀਤੀ ਵੱਡੀ ਕਾਰਵਾਈ 42 ਸਾਲਾ ਤੋਂ ਭਗੌੜੇ 186 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫਤਾਰ ਜੀ ਆਂ ਦੋਸਤੋ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਤੇ ਐਨਡੀਪੀਐਸ ਐਕਟ ਦੇ ਤਹਿਤ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਭਗੌੜੇ ਅਪਰਾਧੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਪੁਲਿਸ ਨੇ ਇਸ ਹਫ਼ਤਿਆਂ ਦੀ ਕਾਰਵਾਈ ਦੇ ਦੌਰਾਨ 42 ਸਾਲਾ ਤੋਂ ਭਗੌੜੇ 186 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਛਾਲੀਆ ਜਿਹੇ ਪਗੌੜੇ ਆਪਰਾਧੀ ਵੀ ਸ਼ਾਮਲ ਹਨ ਤੇ ਜਿਨ੍ਹਾਂ ਨੇ ਪੁਲਿਸ ਤੋਂ ਬਚਣ ਦੇ ਲਈ ਦੂਜੇ ਰਾਜਾਂ ਦੇ ਵਿੱਚ ਸ਼ਰਨ ਲਈ ਸੀ ਇੰਸਪੈਕਟਰ ਜਨਰਲ ਆਫ ਪੁਲਿਸ ਹੈੱਡਕੁਆਟਰ ਸੁਖਚਾਨ ਸਿੰਘ ਗੱਲ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੇ ਕੇਸਾਂ ਦੇ ਵਿੱਚ ਪਗੌੜੇ ਆਪਰਾਧੀਆਂ ਨੂੰ ਫੜਨ ਦੇ ਲਈ 6 ਮਹੀਨੇ ਪਹਿਲਾਂ ਇੱਕ ਮੁਹਿੰਮ ਚਲਾਈ ਗਈ ਇਸ ਤੇ ਮੁਹਿੰਮ ਦੇ ਹਿੱਸੇ ਦੇ ਬਜੋ ਪੰਜਾਬ ਪੁਲਿਸਾਂ ਟੀਮ ਨੇ 18 1990 ਤੋਂ 1980 ਤੇ 1990 ਦੇ ਦਹਾਕੇ ਤੋਂ ਗ੍ਰਿਫਤਾਰੀ ਤੋਂ ਬਚਣ ਵਾਲੇ ਪਗੌੜੀਆਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕਰਨ ਦੇ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਦੇ ਵਿੱਚ ਅੱਜ ਵੀ ਬਰੇਗਾ ਬਦਲਾ ਜਾਣੋ ਕਿਹੜੇ ਕਿਹੜੇ ਜ਼ਿਲ੍ਹਿਆਂ ਤੇ ਹੋਵੇਗਾ ਮੌਨਸੂਨ ਦਾ ਸਭ ਤੋਂ ਬਾਅਦ ਅਸਰ ਤਾਂ ਦੋਸਤੋ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਬਧਵਾਰ ਨੂੰ ਵੀ ਪੰਜਾਬ ਦੇ ਵਿੱਚ ਅਮੀ ਪੈਂਦੀ ਪੁਵੈਖਬਣੀ ਕੀਤੀ ਹੈ ਤੇ ਮੌਸਮਾ ਵਿਭਾਗ ਦੇ ਮੁਤਾਬਕ ਉਸ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਤੇ ਅੱਜ ਦਾ ਸਭ ਤੋਂ ਵੱਧ ਅਸਰ ਮਾਝਾ ਤੇ ਪੱਛਮੀ ਮਾਲਵੇ ਦੇ ਜ਼ਿਲਾਂ ਵਿੱਚ ਪਵੇਗਾ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਦੁਆਬਾ ਤੇ ਪੂਰਬੀ ਮਾਲਵੇ ਦੇ ਜ਼ਿਲਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਮੌਸਮਾ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਮਾਝਾ ਤੇ ਦੁਆਬੇ ਦੇ ਜ਼ਿਲਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਦਕਿ ਪੱਛਮੀ ਅਤੇ ਪੂਰਬੀ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹੇਗਾ ਫਿਲਹਾਲ। ਮੌਸਮੇ ਭਾਗ ਨੇ 2 ਅਗਸਤ ਦਾ ਮੀਨੂ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਹੈ ਰਾਹਤ ਦੀ ਖਬਰ ਹੈ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕਰਮਬਾਰ 4 ਰੁਪਏ ਅਤੇ 6 ਰੁਪਏ ਘਟੀਆਂ ਬੇਖ ਨਵੀਆਂ ਕੀਮਤਾਂ ਤਾਂ ਦੋਸਤੋ ਮਹਾਨਗਰ ਗੈਸ ਲਿਮਟਿਡ ਨੇ ਮबई ਬਾਸਗਨ ਨੂੰ ਦੋਹਰੀ ਰਾਹਤ ਦਿੱਤੀ ਹੈ ਅਤੇ ਉਹਨਾਂ ਨੂੰ ਹੁਣ ਰਸੋਈ ਤੋਂ ਲੈ ਕੇ ਕਾਰ ਵਾਹਨ ਤੱਕ ਸਸਤੀ ਗੈਸ ਮਿਲੇਗੀ ਐਮਜੀਐਲ ਨੇ ਮੰਗਲਵਾਰ ਤੋਂ ਸੀਐਨਜੀ ਅਤੇ ਪੀਐਨਜੀ ਦੀਆਂ ਦਰਾਂ ਵਿੱਚ ਵੱਡੀ ਕਟੌਤੀ ਕੀਤੀ ਹੈ ਅਤੇ ਨਵੀਆਂ ਦਰਾਂ ਅੱਜ ਬੁੱਧਵਾਰ ਤੋਂ ਲਾਗੂ ਹੋ ਗਈਆਂ ਹਨ ਸੀਐਨਜੀ ਪੀਐਨਜੀ ਦੀਆਂ ਕੀਮਤਾਂ ਵਿੱਚ ਗ੍ਰਾਬਟ ਘਰੇਲੂ ਕੁਦਰਤੀ ਗੈਸ ਦੀ ਸਪਲਾਈ ਵਧਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਆਈ ਹੈ ਅਤੇ ਐਮਜੀਐਲ ਦੇ ਵੱਲੋਂ ਜਾਰੀ ਅਧਿਕਾਰ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੀਐਨਜੀ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਕਿਲੋਗ੍ਰam ਦੀ ਕਟੌਤੀ ਕੀਤੀ ਗਿਆ ਜਦੋਂ ਕਿ ਪੀਐਨਜੀ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ ਦੀ ਕਟੌਤੀ ਕੀਤੀ ਗਿਆ ਅਤੇ ਮੁੰਬਈ ਦੇ ਵਿੱਚ ਹੁਣ ਪੀਐਨਜੀ ਸੀਐਨਜੀ 80 ਰੁਪਏ ਪ੍ਰਤੀ ਕਿਲੋਗ੍ਰam ਅਤੇ ਪੀਐਨਜੀ 48.50 ਰੁਪਏ ਪ੍ਰਤੀ SCM ਤੱਕ ਪਹੁੰਚ ਗਈ ਹੈ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਦੀ ਪੂਰੇ ਦੇਸ਼ ਵਿੱਚ ਰਚੀ ਜਾ ਰਹੀ ਹੈ ਸਾਜ਼ਿਸ਼ ਅਤੇ ਕਹਤ ਜੀ ਹਾਂ ਦੋਸਤੋ ਕਿਸਾਨ ਆਗੂ ਰਕੇਸ਼ ਸ਼ਰਟ ਕਹਤ ਨੇ ਸਰਕਾਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਲੁੱਟਣ ਦਾ ਦੋਸ਼ ਲਾਇਆ ਤੇ ਕਹਤ ਮੰਗਲਵਾਰ ਨੂੰ ਰਜੌਰੀ ਵਿੱਚ ਸ਼ਹੀਦ ਹੋਏ ਨਿਸ਼ਾੰਤ ਮਲਿਕ ਨੂੰ ਹਿਸਾਰ ਜ਼ਿਲ੍ਹੇ ਦੇ ਹਾਂਸੀ ਸਥਿਤ ਉਹਦੀ ਰਿਹਾਈ ਤੇ ਸ਼ਰਧਾਂਜਲੀ ਦੇਣ ਪਹੁੰਚੇ ਸਨ ਤੇ ਉਹਨਾਂ ਨੇ ਨਿਸ਼ਾੰਤ ਦੀ ਮੌਤੇ ਪਰਿਵਾਰਕ ਮੈਂਬਰਾਂ ਨੂੰ ਦਲਾਸਾ ਦਿੱਤਾ ਹੈ ਤੇ ਕਿਹਾ ਕਿ ਨਿਸ਼ਾੰਤ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਅਤੇ ਸਾਨੂੰ ਅਸਤੇ ਮਾਣ ਹੈ ਇਸ ਦੇ ਉਪਰੰਤ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹਰ ਕੇਸ਼ ਅਟਕੈਤ ਨੇ ਸਰਕਾਰ ਤੇ ਵੱਡਾ ਹਮਲਾ ਕਰਦੇ ਆ ਕਿਹਾ ਕਿ ਸਰਕਾਰ ਵੀ ਆਪਣੇ ਪੂੰਜੀਪਤੀ ਦੋਸਤਾਂ ਦੇ ਹੱਥਾਂ ਦੇ ਵਿੱਚ ਬਿਜਲੀ ਵੇਚਣ ਤੇ ਤੁਲੀ ਹੋਈ ਹੈ ਤੇ ਇਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਤੇ ਪੂਰੇ ਦੇਸ਼ ਦੇ ਵਿੱਚ ਇੱਕ ਸਨ ਦੀ ਜ਼ਮੀਨ ਲੁੱਟਣ ਦੀ ਸਾਜ਼ਿਸ਼ ਵੀ ਰਚੀ ਜਾ ਰਹੀ ਹੈ ਤੇ ਇਹਦੇ ਲਈ ਦੇਸ਼ ਭਰ ਦੇ ਵਿੱਚ ਇੱਕ ਵੱਡੀ ਲਹਿਰ ਚਲਾਈ ਜਾਵੇਗੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਚਾਸਮਦੀਦ ਆਇਆ ਸਾਹਮਣੇ ਥਾਰ ਦੇ ਵਿੱਚ ਬੈਠੇ ਦੋਸਤਾਂ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ ਤਾਂ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਚਾਸਮਦੀਦ ਸਾਹਮਣੇ ਆਇਆ ਤੇ ਖੁਦ ਨੂੰ ਸਾਬਕਾ ਫੌਜੀ ਦੱਸ ਰਿਹਾ ਹੈ ਚਾਸਮਦੀਦ ਨੇ ਥਾਰ ਵਿੱਚ ਬੈਠੇ ਮੂਸੇਵਾਲਾ ਦੇ ਦੋਸਤਾਂ ਤੇ ਗੰਭੀਰਾ ਦੋਸ਼ ਲਗਾਉਂਦੇ ਹੋਏ ਵੱਡੇ ਸਵਾਲ ਖੜੇ ਕੀਤੇ ਹਨ ਤੇ ਐਸਾ ਸਬੰਧਿਤ ਚਾਸਮਦੀਦ ਦਾ ਵੀਡੀਓ ਵੀ ਸਾਹਮਣੇ ਆਇਆ ਤੇ ਹਾਲਾਂਕਿ ਐਸਾ ਮਾਮਲੇ ਦੇ ਵਿੱਚ ਪੁਲਿਸ ਅਤੇ ਮੂਸੇਵਾਲਾ ਦੇ ਦੋਸਤਾਂ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਚਾਸਮਦੀਦ ਨੂੰ ਫੜਨ ਦੇ ਬੈਤਿਆ ਪੁਲਿਸ ਦੀ ਲਾਪਰਵਾਹੀ ਵੀ ਉਜਾਗਰ ਕੀਤੀ ਹੈ ਸਿੱਧੂ ਮਸੂਏ ਵਾਲੇ ਦੇ ਕਤਲ ਦੇ ਚਸ਼ਮਦੀਦ ਨੇ ਕਿਹਾ ਹੈ ਕਿ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਸੀ ਕਿ ਕਾਤਲ ਹੁਣ ਭਜੇ ਹਾਂ ਤੇ ਬਲੌਰ ਦੇ ਵਿੱਚ ਚਾਰ ਲੋਕ ਹਰਿਆਣਾ ਬਲ ਭਜੇਨ ਜਾਂਰ ਕੇ ਦੋ ਪੰਜਾਬੀ ਜੋ ਕਿ ਪੰਜਾਬ ਦੇ ਅੰਦਰ ਹਨ ਜੇਕਰ ਪੁਲਿਸ ਨੇ ਉਸੇ ਸਮੇਂ ਕਾਰਵਾਈ ਕਰਦੇ ਤੁਰੰਤ ਨਾਕਾਬੰਦੀ ਕੀਤੀ ਹੁੰਦੀ ਤਾਂ ਕਾਤਲਾਂ ਨੂੰ ਫੜਿਆ ਜਾ ਸਕਦਾ ਸੀ ਚਸ਼ਮਦੀਦ ਨੇ ਕਿਹਾ ਕਿ ਸਿੱਧੂ ਦੇ ਕਤਲ ਸਮੇਂ ਥਾਰ ਪੂਰੀ ਤਰ੍ਹਾਂ ਨਾਲ ਬੰਦ ਸੀ ਜਰ ਕੇ ਆਖਿਆ ਜਾ ਰਿਹਾ ਹੈ ਕਿ ਸਿੱਧੂ ਨੇ ਦੋ ਫਾਇਰ ਕੀਤੇ ਹਨ ਜੇ ਥਾਰ ਬੰਦ ਸੀਤਾ ਫਾਇਰ ਕਿਵੇਂ ਹੋ ਸਕਦੇ ਹਨ ਤੇ ਉਕਤ ਨੇ ਕਿਹਾ ਕਿ ਕਤਲ ਤੋਂ ਬਾਅਦ ਲਗਭਗ 20 ਤੋਂ 22 ਮਿੰਟ ਤੱਕ ਥਾਰ ਦੇ ਅੰਦਰ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਗੱਡੀ ਦਾ ਲੋਕ ਤੱਕ ਨਹੀਂ ਖੋਲਿਆ ਮੂਸੇਵਾਲਾ ਦੇ ਨਾਲ ਬੈਠੇ ਨੌਜਵਾਨ ਅੰਦਰ ਹੀ ਰਹੇ ਅਤੇ ਪਿੰਡ ਦੇ ਨੌਜਵਾਨਾਂ ਨੇ ਥਾਰ ਦੇ ਸ਼ੀਸ਼ੇ ਤੋੜਿਆ ਤੇ ਸਿੱਧੂ ਨੂੰ ਬਾਹਰ ਕੱਢਿਆ ਫਿਰ ਉਸ ਫਿਰ ਉਹ ਵੀ ਲੋਕਾ ਖੋਲ ਕੇ ਬਾਹਰ ਨਿਕਲੇ ਸਿੱਖਿਆ ਵਿਭਾਗ ਦੇ ਵਿੱਚ 20000 ਅਸਾਮੀਆਂ ਦੀ ਕੀਤੀ ਜਾਵੇਗੀ ਭਾਰਤੀ ਮੰਤਰੀ ਹਰਜੋਤਾ ਬੈਂਸ ਤਾਂ ਦੋਸਤੋ ਆਮ ਆਰਮੀ ਪਾਰਟੀ ਦੀ ਸਰਕਾਰ ਦੇ 5 ਮਹੀਨੇ ਪੂਰੇ ਹੋਣ ਦੇ ਉੱਤੇ ਮੰਤਰੀ ਹਰਜੋਤਾ ਬੈਂਸ ਦੇ ਵੱਲੋਂ 5 ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਸਿੱਖਿਆ ਮੰਤਰੀ ਬੈਂਸ ਨੇ ਪਿਛਲੀਆਂ ਸਰਕਾਰਾਂ ਨੂੰ ਕੜੇ ਹੱਥੀ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਬਹੁਤ ਹੈ ਮਿਹਨਤੀ ਹਨ ਪਰ ਪਿਛਲੀਆਂ ਸਰਕਾਰਾਂ ਨੇ ਸਾਥ ਨਹੀਂ ਦਿੱਤਾ ਸਿੱਖਿਆ ਮੰਤਰੀ ਜਯੋਤਾ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਕੂਲਾਂ ਦਾ ਸਰਵੇ ਕਰਵਾਇਆ ਤੇ ਉਹਨਾਂ ਦੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਓ ਕਿਹਾ ਕਿ ਸਰਕਾਰਾਂ ਨੇ ਅਧਿਆਪਕਾਂ ਦਾ ਸਾਥ ਨਹੀਂ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਭਾਵੇਂ ਪੈਸੇ ਨਹੀਂ ਪਹਿੰਦੀਆਂ ਸਨ ਅਧਿਆਪਕ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਪਾ ਕੇ ਸਕੂਲ ਦਾ ਕੰਮ ਕਰਵਾਉਂਦੇ ਸਨ ਉਹਨਾਂ ਨੇ ਕਿਹਾ ਕਿ ਬਹੁਤ ਅਧਿਆਪਕ ਹਨ ਜਿਹੜੇ ਬਹੁਤ ਘੱਟ ਤਨਖਾਹ ਦੇ ਉੱਤੇ ਕੰਮ ਕਰਦੇ ਰਹੇ ਜਾਂ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਇੱਕ ਗੱਲ ਲਈ ਮਸ਼ਹੂਰ ਸੀ ਕਿ ਇਹ ਧਰਨਿਆਂ ਵਾਲਾ ਵਿਭਾਗ ਹੈ ਪਰ ਹੁਣ ਇਹ ਵਿਭਾਗ ਧਰਨਿਆਂ ਵਾਲਾ ਨਹੀਂ ਭਵਿੱਖ ਸਿਰਜਣ ਵਾਲਾ ਹੋਵੇਗਾ ਤੇ ਅਧਿਆਪ ਕਿਸੇ ਵੀ ਤਰ੍ਹਾਂ ਨਹੀਂ ਮੌਸਿਕਲ ਨਹੀਂ ਆਉਣ ਦਿੱਤੇ ਜਾਵੇ ਕਿ ਤੇ ਉਹਨਾਂ ਨੇ ਕਹਿ ਕੇ ਜੋ ਸਰਵੇ ਕਰਵਾਇਆ ਜਾ ਰਿਹਾ ਤੇ ਉਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਤੇ ਉਹਨਾਂ ਨੇ ਕਹਿ ਕੇ 10 ਸਕੂਲ ਵੀ ਇਹ ਕੈਟਾਗਰੀ ਵਿੱਚ ਨਹੀਂ ਆਉਣਗੇ ਤੇ ਉਹਨਾਂ ਨੇ ਕਹਿ ਕੇ 1200 ਸਕੂਲ ਜਿਨਾਂ ਦੇ ਵਿੱਚ ਮੀਂਹ ਪੈਣ ਦੇ ਉੱਤੇ ਪਾਣੀ ਭਰਨ ਦੇ ਕਾਰਨ ਪੜਾਈ ਨਹੀਂ ਹੁੰਦੀ ਤੇ ਉਹਨਾਂ ਨੇ ਕਹਿ ਕੇ ਸਕੂਲ 100 ਸਕੂਲ ਐਮਿਨੈਂਸ ਸਕੂਲ ਬਣਾਏ ਜੋ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸ਼ਾਨਦਾਰ ਹੋਣਗੇ ਤੇ ਉਹਨਾਂ ਨੇ ਕਹਿ ਕੇ ਅਧਿਆਪਕਾਂ ਦੀ ਟ੍ਰੇਨਿੰਗ ਦੇ ਲਈ ਬਜਟ ਰੱਖਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾ ਯੂਕੇ ਕੈਨੇਡਾ ਸਿੰਗਾਪੁਰ ਵਿਖੇ ਟ੍ਰੇਨਿੰਗ ਦੇ ਲਈ ਜਾਣਗੇ ਭਗਵੰਤ ਮਾਨ ਤੁਹਾਡੇ ਅਤੇ ਅਕਾਲੀ ਦਲ ਵਿੱਚੋਂ ਕੋਈ ਫਰਕ ਨਹੀਂ ਸਿਰਫ ਪੱਗਾਂ ਹੀ ਬਦਲੀਆਂ ਤਸਵੀਰਾਂ ਵੇਖ ਰੰਧਾਵਾ ਨੂੰ ਆਇਆ ਗੁੱਸਾ ਜਿਵੇਂ ਦੋਸਤੋ ਪੰਜਾਬ ਦੇ ਵਿੱਚ ਖੁੱਲੇ ਮਹੱਲਾ ਕਲੀਨਿਕ ਤੇ ਸੀਐਮ ਭਗਵੰਤ ਮਾਨ ਦੀ ਫੋਟੋ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ ਭਗਵੰਤ ਮਾਨ ਦੇ ਚੋਣ ਤੋਂ ਪਹਿਲਾਂ ਦਿੱਤੇ ਗਏ ਬਿਆਨ ਨੂੰ ਲੈ ਕੇ ਵਿਰੋਧੀਆਂ ਨੇ ਉਹਨਾਂ ਨੂੰ ਘੇਰ ਲਿਆ ਜਿਸ ਵਿੱਚ ਮਾਨ ਨੇ ਸਰਕਾਰੀ ਸਕੀਮਾਂ ਤੇ ਮੁੱਖ ਮੰਤਰੀ ਦੀ ਫੋਟੋ ਦੀ ਕਾਪੀ ਲੋਜਨਾ ਕੀਤੀ ਸੀ ਮਾਨ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਚੈੱਕ ਵੰਡਣ ਦੀ ਫੋਟੋ ਵੀ ਨਹੀਂ ਆਉਣੀ ਚਾਹੀਦੀ ਲੋਕਾਂ ਦਾ ਪੈਸਾ ਲੋਕਾਂ ਕੋਲ ਗਿਆ ਤੇ ਹਦੇ ਨਾਲ ਹੀ ਕਾਂਗਰਸ ਨੇ ਇਸ ਤੇ ਵੱਡਾ ਹਮਲਾ ਕੀਤਾ ਤੇ ਉਹਨਾਂ ਨੇ ਕਹਿ ਕੇ ਕਿ ਉਹਨਾਂ ਤੇ ਅਕਾਲੀਆਂ ਵਿੱਚ ਕੋਈ ਫਰਕ ਨਹੀਂ ਹੈ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਦਾਵਾ ਨੇ ਟਵੀਟ ਕਰਕੇ ਕਿ ਆਖਰ ਭਗਵੰਤ ਜੀ ਤੁਹਾਡੇ ਤੇ ਅਕਾਲੀ ਦਲ ਵਿੱਚ ਕੀ ਫਰਕ ਹੈ ਇਹ ਤੁਹਾਡੀ ਨਿੱਜੀ ਜੰਗੀਰ ਨਹੀਂ ਆ ਕਿ ਇਸ਼ਤਿਹਾਰਾਂ ਦੇ ਲਈ ਜਨਤਾ ਦਾ ਪੈਸਾ ਘਾਟ ਹੈ ਕਿ ਹੁਣ ਤੁਸੀਂ ਇਸ ਦਾ ਸਹਾਰਾ ਲੈ ਲਿਆ ਤੇ ਤੁਹਾਡੇ ਆਪਣੇ ਸ਼ਬਦਾਂ ਵਿੱਚ ਸਿਰਫ ਪੱਗਾਂ ਹੀ ਬਦਲੀਆਂ ਨੇ ਕੈਨੇਡਾ ਸਟੱਡੀ ਵੀਜ਼ਾ ਤੇ ਜਾਣ ਵਾਲੇ ਸਟੂਡੈਂਟਸ ਲਈ ਵੱਡੀ ਖੁਸ਼ਖਬਰੀ ਜੀ ਆਂ ਦੋਸਤੋ ਕੈਨੇਡਾ ਸਟੱਡੀ ਵੀਜ਼ਾ ਤੇ ਜਾਣ ਵਾਲੇ ਸਾਰੇ ਸਟੂਡੈਂਟਸ ਦੇ ਲਈ ਵੱਡੀ ਖੁਸ਼ਖਬਰੀ ਹੈ ਹੁਣ ਜਿਹੜੇ ਵਿਦਿਆਰਥੀਆਂ ਨੇ ਆਈਲਟਸ ਕੀਤੀ ਹੈ ਪਰ ਉਹਨਾਂ ਦੇ ਬੈਂਡ ਕੱਟ ਹਨ ਤਾਂ ਉਹ ਵਿਦਿਆਰਥੀ ਵੀ ਕੈਨੇਡਾ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ ਕੈਨੇਡਾ ਦੇ ਕੌਜਾ ਕਾਲਜਾਂ ਦੇ ਵੱਲੋਂ ਇੱਕ ਸੈੱਟ ਦੇ ਵਿੱਚੋਂ 5.5 ਅਤੇ ਓਵਰਆਲ 6 ਬੈਂਡ ਵਾਲੇ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਹੋਣਗੇ ਕੈਨੇਡਾ ਵੀਜ਼ਾ ਐਕਸਪਰਟ ਨੇ ਦੱਸਿਆ ਕਿ ਕੈਨੇਡਾ ਦੇ ਉਹਨਾਂ ਕਾਲਜਾਂ ਨੇ ਇਹ ਫੈਸਲਾ ਲਿਆ ਹੈ ਜਿਨਾਰੇ ਅੰਦਰ ਵੋਕੇਸ਼ਨਲ ਐਗਰੀਕਲਚਰ ਸੋਸ਼ਲ ਸੁਰੱਖਿਆ ਤੇ ਨਰਸਿੰਗ ਦੇ ਨਾਲ ਜੁੜੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਇਨ੍ਹਾਂ ਕੋਰਸਾਂ ਦੀਆਂ ਸੀਟਾਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਭਰੀਆਂ ਜਾਂਦੀਆਂ ਸੀ ਤੇ ਜਿਸ ਕਰਕੇ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਇੱਕ ਵਿੱਚੋਂ 5.5 ਵੈਂਡ ਦੇ ਨਾਲ ਵੀ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ ਅਗਰ ਤੁਸੀਂ ਵੀ ਇਸ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਹੁਣ ਜਾ ਫੇਰ ਤੁਹਾਡੇ ਵੀ ਬੈਂਡ ਇੱਕ ਵਿੱਚੋਂ 5.5 ਰਹਿ ਗਿਆ ਤਾਂ ਤੁਸੀਂ 9914407640 ਨੰਬਰ ਤੇ WhatsApp ਤੇ ਕੈਨੇਡਾ 5.5 ਬੈਂਡ ਲਿਖ ਕੇ ਮੈਸੇਜ ਕਰ ਸਕਦੇ ਹੋ ਤਾਂ ਪੂਰੀ ਜਾਣਕਾਰੀ ਮੁਫਤ ਵਿੱਚ ਦਿੱਤੀ ਜਾਵੇਗੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਫਾਇਦਾ 3 ਲੱਖ ਰੁਪਏ ਤੱਕ ਦੇ ਕਰਜ਼ੇ ਤੇ ਛੂਟ ਦੇਣ ਦੀ ਮਨਜ਼ੂਰੀ ਤਾਂ ਦੋਸਤੋ ਕੇਂਦਰ ਮੰਤਰੀ ਮੰਡਲ ਨੇ ਕਿਸਾਨਾਂ ਕ੍ਰੈਡਿਟ ਕਾਰਡ ਤੇ 3 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਮਾਫੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਕਿਸਾਨ ਨੂੰ 1.5% ਦੀ ਵਿਆਜ ਦੀ ਦਰਤੇ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਤੇ ਕੇਂਦਰੀ ਮੰਤਰੀ ਅਨੁਰਾਗ ਠਾਕ ਨੇ ਕਹਿ ਕੇ ਹੁਣ ਤੱਕ 3 ਲੱਖ 3 ਕਰੋੜ ਤੋਂ ਵੱਧ ਲੋਕ ਐਸਾ ਜੋ ਇਹਨਾਂ ਦਾ ਲਾਭ ਲੈ ਚੁੱਕੇ ਹਨ ਸਰਕਾਰ ਨੇ ਐਸ ਸਕੀਮ ਦੀ ਕ੍ਰੈਡਿਟ ਗਾਰੰਟੀ ਵੀ 4.5 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਕਰ ਦਿੱਤੀ ਹੈ ਐਦੇ ਨਾਲ ਹੀ ਉਹਨੂੰ ਰਾਗ ਠਾਕ ਨੇ ਕਹਿ ਕੇ ਕੈਬਨਟ ਨੇ ਯਾਤਰਾ ਅਤੇ ਸ਼ਹਿਰ ਸਪਾਟੇ ਦੇ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਜੋ ਇਹਨਾਂ ਦੀ ਸੀਮਾ ਨੂੰ ਵਧਾ ਕੇ ਪੰਜਾ ਹਜ਼ਾਰ ਕਰੋੜ ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਛੇਤੀ ਕਰੋ ਇਹ ਕੰਮ ਮੈਂ ਫਿਰ ਵੱਡੀ ਸਮਾਸੀਮਾਤਾ ਦੋਸਤੋ ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਦੇ ਲਈ ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਹੈ ਹਜੇ ਵੀ ਕਿਸਾਨਾਂ ਨੇ ਈ ਕੇਵਾਈਸੀ ਨਹੀਂ ਕਰਵਾਈ ਹੈ ਜੇਕਰ ਕਿਸਾਨ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਉਹਨਾਂ ਨੂੰ ਸਰਕਾਰ ਦੇ ਬੁਲਾਉਣ ਵਾਲੇ 2000 ਰੁਪਏ ਦੀ ਕੈਸ਼ਟ ਦਾ ਲਾਭ ਨਹੀਂ ਮਿਲੇਗਾ ਪਰ ਹੁਣ ਸਰਕਾਰ ਦੇ ਵੱਲੋਂ KYC ਕਰਵਾਉਣ ਦੀ ਸਮਾਂ ਸੀਮਾ ਬਾਰੇ ਆਤੀ ਗਿਆ ਤਾਂ ਜੋ ਕਿਸਾਨਾਂ ਇਸ ਸਕੀਮ ਦਾ ਬਤੁਬਾਦ ਲਾਭ ਲੈ ਸਕਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਪੋਰਟਲ ਦੇ ਅਨੁਸਾਰ ਹੁਣ ਕਿਸਾਨ 31 ਅਗਸਤ ਤੱਕ KYC ਕਰਵਾ ਸਕਦੇ ਹਨ ਤੇ ਇਸ ਤੋਂ ਪਹਿਲਾਂ ਵੀ ਕੇਨ ਸਰਕਾਰ ਦੇ ਵੱਲੋਂ KYC ਕਰਵਾਉਣ ਦੇ ਤਰੀਕਾ ਵਿਧਾਈ ਜਾ ਚੁੱਕੀ ਹੈ ਅਹਿਮ ਖਬਰ ਹੈ ਸੀਐਮ ਮਾਨ ਦੇ ਵੱਲੋਂ ਪਟਿਆਲਾ ਵਿਖੇ ਪੰਜਾਬ 에ਵੀਏਸ਼ਨ ਮਿਊਜ਼ੀਅਮ ਸਥਾਪਿਤ ਕਰਨ ਦੀ ਪ੍ਰਵਾਨਗੀ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵਾਨਤ ਮਾਨ ਨੇ ਸ਼ੈਰੀ ਹਾਬਾਬਾਜੀ ਖੇਤਰ ਦੇ ਵਿੱਚ ਸੂਬੇ ਦੇ ਇਤਿਹਾਸ ਨੂੰ ਦਰਸਾਉਣ ਦੇ ਮਕਸਦ ਨਾਲ ਪਟਿਆਲਾ ਵਿਖੇ ਪੰਜਾਬ 에ਵੀਏਸ਼ਨ ਮਿਊਜ਼ੀਅਮ ਸਥਾਪਿਤ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਮੁੱਖ ਮੰਤਰੀ ਦੇ ਵੱਲੋਂ ਇਸ ਸੰਬੰਧੀ ਫੈਸਲਾ ਪੰਜਾਬ ਰਾਜ ਸਿਵਲ 에ਵੀਏਸ਼ਨ ਕੌਂਸਲ ਦੀ ਤਜਵੀਜ਼ ਤੇ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸ਼ੈਰੀ ਹਾਬਾਬਾਜੀ ਖੇਤਰ ਦੇ ਵਿੱਚ ਪੰਜਾਬ ਦਾ ਇੱਕ ਸਦੀ ਪੁਰਾਣਾ ਇਤਿਹਾਸ ਹੈ ਜਿਸ ਬਾਰੇ ਸਹੀ ਤਰੀਕੇ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਮੰਤਵ ਦੇ ਲਈ ਪਟਿਆਲਾ ਵਿੱਚ ਸਿਵਲ ਏਰੋਡ੍ਰੋਮਾ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਮਿਊਜ਼ੀਅਮ ਦੇ ਵਿੱਚ ਸੁਬੇ ਦੇ ਹਵਾਬਾਜੀ ਖੇਤਰ ਦੇ ਇਤਿਹਾਸ ਤੇ ਕਲਾਕਿਰਤਾ ਨੂੰ ਦਰਸਾਉਂਦਾ ਜਾਣਾ ਚਾਹੀਦਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਵਾਈ ਜਹਾਜ ਨੇ ਮਾਡਲ ਤਸਵੀਰਾਂ ਨਕਸ਼ੇ ਮਾਡਲਾਂ ਦੀ ਐਨੀਮੇਸ਼ਨ ਰਾਹੀਂ ਪੇਸ਼ਕਾਰੀ ਅਤੇ ਪਾਇਲਟਾਂ ਤੇ ਹੋਰ ਸਟਾਫ ਦੇ ਕੱਪੜੇ ਤੇ ਉਪਕਰਨ ਵੀ ਇਸ ਮਿਊਜ਼ੀਅਮ ਦੇ ਵਿੱਚ ਦਰਸਾਏ ਜਾ ਸਕਦੇ ਹਨ ਤੇ ਭਗਵਾਨਤ ਮਾਨ ਨੇ ਵੀ ਆਖਿਆ ਕਿ ਇਸ ਮਿਊਜ਼ੀਅਮ ਵਿੱਚ ਰਸਾਲੇ ਤਕਨੀਕੀ ਨਜ਼ਮਾਂ ਵਾਲੀ ਤਸਵੀਰਾਂ ਤੇ ਨਿੱਜੀ ਪੁਰਾਣੇ ਲੇਖ ਅਵੀ ਦਰਸਾਈ ਜਾਣ ਜੋ ਅਕਸਰ ਹਾਬਾਬਾਜੀ ਖੇਤਰ ਦੇ ਖੋਜਾਰਥੀਆਂ ਨੂੰ ਲੇਖ ਜਾਂ ਕਿਤਾਬਾਂ ਲਿਖਣ ਜਾਂ ਪੁਰਾਣੇ ਹਵਾਈ ਜਾ ਜਨੋ ਠੀਕ ਕਰਨ ਦੀਆਂ ਤਕਨੀਕਾਂ ਤੇ ਕੰਮ ਆਉਂਦੇ ਹੋਣ।